ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਨਾਮਜ਼ਦਗੀਆਂ ਖਤਮ ਹੋ ਗਈਆਂ ਹਨ। ਇਸ ਪੜਾਅ ਦੇ ਵਿੱਚ 10 ਰਾਜਾਂ ਦੀਆਂ 96 ਸੀਟਾਂ ਤੇ ਵੋਟਿੰਗ ਹੋਣੀ ਹੈ। ਇਹਨਾਂ ਸੀਟਾਂ ਲਈ ਕੁੱਲ 1710 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ADR ਅਤੇ ਦਾ ਨੈਸ਼ਨਲ ਇਲੈਕਸ਼ਨ ਵਾਚ ਦੀਆਂ ਰਿਪੋਰਟਾਂ ਮੁਤਾਬਕ ਇਹਨਾਂ ਦੇ ਵਿੱਚੋਂ 21% ਤੋਂ ਵੱਧ ਉਮੀਦਵਾਰਾਂ ਦੇ ਖਿਲਾਫ ਅਪਰਾਧਿਕ ਮਾਮਲੇ ਪੈਂਡਿੰਗ ਹਨ। ਰਿਪੋਰਟ ਵਿੱਚ ਕੁੱਲ 1717 ਦੇ ਵਿੱਚੋਂ 1710 ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਨ੍ਹਾਂ ਚੋਂ 360 ਉਮੀਦਵਾਰਾਂ ਨੇ ਆਪਣੇ ਖਿਲਾਫ਼ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ। ਇਹਨਾਂ ਦੇ ਵਿੱਚੋਂ 17 ਉਮੀਦਵਾਰਾਂ ਨੂੰ ਦੋਸ਼ੀ ਵੀ ਠਹਿਰਾਇਆ ਗਿਆ ਹੈ। ਕਈ ਉਮੀਦਵਾਰਾਂ ਤੇ ਗੰਭੀਰ ਅਪਰਾਧਿਕ ਮਾਮਲੇ ਵੀ ਦਰਜ ਹਨ, ਜਿਨ੍ਹਾਂ ਚੋਂ 11 ਤੇ ਕਤਲ, 30 ਤੇ ਹੱਤਿਆ ਦੀ ਕੋਸ਼ਿਸ਼, 50 ਤੇ ਔਰਤਾਂ ਵਿਰੁੱਧ ਅਪਰਾਧ ਅਤੇ 5 ਉਮੀਦਵਾਰਾਂ ਤੇ ਬਲਾਤਕਾਰ ਦੇ ਦੋਸ਼ ਹਨ। ਹੁਣ ਜਾਣਦੇ ਹਾਂ ਕਿਹੜੀ ਪਾਰਟੀ ਦੇ ਲੋਕ ਕਿੰਨੇ ਦਾਗੀ ਹਨ। ਪਾਰਟੀਆਂ ਦੇ ਹਿਸਾਬ ਨਾਲ ਜੇਕਰ ਦਾਗੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ 70 ਚੋਂ ਸਭ ਤੋਂ ਵੱਧ 40 ਉਮੀਦਵਾਰ ਭਾਜਪਾ ਦੇ, 61 ਚੋਂ 35 ਕਾਂਗਰਸ, 17 ਚੋਂ 9 TDP, 3 ਚੋਂ 3 AIMIM, 3 ਚੋਂ 2 ਸ਼ਿਵ ਸੈਨਾ ਦੇ ਹਨ। BRS ਦੇ 10 ਉਮੀਦਵਾਰ ਅਤੇ ਸਮਾਜਵਾਦੀ ਪਾਰਟੀ ਦੇ 9 ਵਿੱਚੋਂ 7 ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਿਰੁੱਧ ਕਿਸੇ ਨਾ ਕਿਸੇ ਤਰ੍ਹਾਂ ਦੇ ਕੇਸ ਦਰਜ ਹਨ। ਰਿਪੋਰਟ ਵਿੱਚ ਅਪਰਾਧਿਕ ਮਾਮਲਿਆਂ ਤੋਂ ਇਲਾਵਾ ਉਮੀਦਵਾਰਾਂ ਦੀਆਂ ਜਾਇਦਾਦਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਜਿਸ ਅਨੁਸਾਰ ਕੁੱਲ 1710 ਉਮੀਦਵਾਰਾਂ ਦੇ ਵਿੱਚੋਂ 476 ਕਰੋੜਪਤੀ ਹਨ। ਇਹਨਾਂ ਵਿੱਚੋਂ ਤੇਲਗੂ ਦੇਸਮ ਪਾਰਟੀ ਦੇ ਡਾਕਟਰ ਚੰਦਰ ਸ਼ੇਖਰ ਪੇਮਾਸਾਨੀ ਸਭ ਤੋਂ ਅਮੀਰ ਉਮੀਦਵਾਰ ਹਨ, ਜਿਨ੍ਹਾਂ ਦੀ ਜਾਇਦਾਦ 5,700 ਕਰੋੜ ਰੁਪਏ ਹੈ, ਜਦਕਿ 24 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਜਾਇਦਾਦ 0 ਦੱਸੀ ਹੈ, ਜਾਣੀ ਕਿ ਉਹਨਾਂ ਦੇ ਕੋਲ ਕੋਈ ਜਾਇਦਾਦ ਨਹੀਂ ਹੈ। ਇਸ ਰਿਪੋਰਟ ਦੇ ਵਿੱਚ ਸੁਧਾਰਾਂ ਦੇ ਕੁਝ ਉਪਾਅ ਵੀ ਦੱਸੇ ਗਏ ਹਨ। ਰਿਪੋਰਟ ਦੇ ਵਿੱਚ ADR ਨੇ ਰਾਜਨੀਤੀ ਅਤੇ ਅਪਰਾਧੀਕਰਨ ਨੂੰ ਰੋਕਣ ਲਈ ਕਈ ਸੁਧਾਰਾਂ ਦਾ ਸੁਝਾਅ ਵੀ ਦਿੱਤਾ ਹੈ, ਜਿਸ ਵਿੱਚ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਉਮੀਦਵਾਰਾਂ ਨੂੰ ਸਥਾਈ ਤੌਰ ਤੇ ਅਯੋਗ ਠਹਿਰਾਉਣਾ, ਸਿਆਸੀ ਪਾਰਟੀਆਂ ਨੂੰ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਅਧੀਨ ਲਿਆਉਣਾ ਅਤੇ ਉਮੀਦਵਾਰਾਂ ਨੂੰ ਚੋਣ ਹਲਫ਼ਨਾਮਿਆਂ ਵਿੱਚ ਗਲਤ ਜਾਣਕਾਰੀ ਦੇਣ ਤੇ ਪਾਬੰਦੀ ਲਗਾਉਣਾ ਸ਼ਾਮਲ ਹੈ। ਬਿਊਰੋ ਰਿਪੋਰਟ, ਐਂਜਲ, ਪੰਜਾਬੀ ਨਿਊਜ਼।